ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਇਸ ਵੀਡੀਓ ਵਿੱਚ ਸਾਇੰਸ ਦਾ ਚੈਪਟਰ ਨੰਬਰ 7 ਜਿਸ ਦਾ ਨਾਮ ਹੈ ਕਾਬੂ ਅਤੇ ਤਾਲਮਿਲ ਯਾਨੀ ਕਿ ਕੰਟਰੋਲ ਐਂਡ ਕੋਆਰਡੀਨੇਸ਼ਨ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ हर इन्फॉरमेटिव वीडियो दी इन्फॉर्मेशन ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤਾਂ ਉਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਸਾਇੰਸ ਕਲਾਸ 10th ਚੈਪਟਰ ਨੰਬਰ 7 ਜਿਸ ਦਾ ਨਾਮ ਹੈ ਜੀ ਕੰਟਰੋਲ ਐਂਡ ਕੋਆਰਡੀਨੇਸ਼ਨ ਯਾਨੀ ਕਿ ਕਾਬੂ ਅਤੇ ਤਾਲਮੇਲ ਸਭ ਤੋਂ ਪਹਿਲਾਂ ਇਸ ਦੀ ਮੰਡਲੀ ਜਾਣਕਾਰੀ ਬਾਰੇ ਡਿਸਕਸ ਕਰਦੇ ਹਾਂ ਸੰਜੀਵਾ ਦੇ ਸਰੀਰ ਦੇ ਕੰਮ ਕਾਜ ਅਤੇ ਰੱਖ ਰਖਾ ਲਈ ਕਈ ਜੈਵਿਕ ਪ੍ਰਕਿਰਿਆਵਾਂ ਜ਼ਰੂਰੀ ਹਨ ਸੰਜੀਵਾ ਵਿਚਲੀ ਹੋਣ ਵਾਲੀ ਕੁਝ ਗਤੀਆਂ ਲਈ ਉਹਨਾਂ ਵਿੱਚ ਹੋਣ ਵਾਲਾ ਵਾਧਾ ਜ਼ਿੰਮੇਵਾਰ ਹੈ ਜਿਵੇਂ ਤਨੇ ਦੀ ਗਤੀ ਅਤੇ ਬੀਜ ਦੇ ਪੁੰਗਰਨੇ ਦੀ ਗਤੀ ਨੈਕਸਟ ਪੁਆਇੰਟ ਹੈ ਜੀਵਾਂ ਵਿੱਚ ਹੋਣ ਵਾਲੀਆਂ ਕੁਝ ਗਤੀਆਂ ਉਹਨਾਂ ਦੇ ਆਲੇ ਦੁਆਲੇ ਤੇ ਨਿਰਭਰ ਕਰਦੀਆਂ ਹਨ ਜਿਵੇਂ ਬਿੱਲੀ ਦਾ ਭੋਜਨ ਲਈ ਚੂਹੇ ਪਿੱਛੇ ਦੌੜਨਾ ਅਤੇ ਗਰਮ ਚੀਜ਼ ਛੂੰਹ ਤੇ ਹੱਥ ਵਿੱਚ ਇੱਕਦਮ ਹੋਣ ਵਾਲੀ ਗਤੀ ਨੈਕਸਟ ਹੈ ਨਾੜੀ ਪ੍ਰਣਾਲੀ ਅਤੇ ਹਾਰਮੋਨ ਜੀਵਾਂ ਵਿੱਚ ਕਾਬੂ ਅਤੇ ਤਾਲਮੇਲ ਬਣਾ ਕੇ ਰੱਖਦੇ ਹਨ ਪੌਦਿਆਂ ਵਿੱਚ ਨਾੜੀ ਪ੍ਰਣਾਲੀ ਜਾਂ ਦਿਮਾਗ ਨਾ ਹੋਣ ਕਰਕੇ ਉਹਨਾਂ ਵਿੱਚ ਕਾਬੂ ਅਤੇ ਤਾਲਮੋਲ ਤਾਲਮੇਲ ਹਾਰਮੋਨਾਂ ਦੁਆਰਾ ਹੁੰਦਾ ਹੈ ਨੈਕਸਟ ਇਸ ਦਾ ਪੁਆਇੰਟ ਹੈ ਜੀਵਾਂ ਵਿੱਚ ਨਾੜੀ ਪ੍ਰਣਾਲੀ ਜੀਵਾਂ ਵਿੱਚ ਮੌਜੂਦ ਨਾੜੀ ਪ੍ਰਣਾਲੀ ਨੂੰ ਬਣਾਉਣ ਲਈ ਸਰੀਰ ਦੁਆਰਾ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਸੈੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਸੈੱਲਾਂ ਨੂੰ ਨਾੜੀ ਸੈੱਲ ਜਾਂ ਨਿਊਰੋਨ ਕਿਹਾ ਜਾਂਦਾ ਹੈ। ਨਾੜੀ ਸੈੱਲ ਜਾਂ ਨਿਊਰੋਨ ਜੀਵਾਂ ਦੀ ਨਾੜੀ ਪ੍ਰਣਾਲੀ ਦੀ ਬਣਤਰ ਅਤੇ ਕੰਮ ਦੀ ਇਕਾਈ ਹੈ। ਸ਼ਰੀਰ ਵਿਚਕਾਰ ਸੂਚਨਾਵਾਂ ਦਾ ਆਦਾਨ-ਪ੍ਰਦਾਨ ਨਾੜੀਆਂ ਦੁਆਰਾ ਹੁੰਦਾ ਹੈ ਜੋ ਨਿਊਰੋਨ ਤੋਂ ਮਿਲ ਕੇ ਬਨੀਆਂ ਹੁੰਦੀਆਂ ਹਨ ਉਸ ਤੋਂ ਬਾਅਦ ਨਿਊਰੋਨ ਦੇ ਹੇਠ ਲਿਖੇ ਭਾਗ ਹੁੰਦੇ ਹਨ ਸਭ ਤੋਂ ਪਹਿਲਾਂ ਜੀ ਸੈੱਲ ਬੋਡੀ ਤਾਰੇ ਵਰਗੀ ਰਚਨਾ ਵਿੱਚ ਜਿਸ ਦੇ ਵਿਚਕਾਰ ਨਿਊਕਲੀਅਸ ਅਤੇ ਕਿਨਾਰਿਆਂ ਤੇ ਤਾਰੀਆਂ ਵਰਗੀਆਂ ਰਚਨਾਵਾਂ ਨਿਕਲਦੀਆਂ ਹਨ ਜਿਨ੍ਹਾਂ ਨੂੰ ਡੈਂਡਰਾਈਟ ਕਿਹਾ ਜਾਂਦਾ ਹੈ ਡੈਂਡਰਾਈਟ ਸੂਚਨਾਵਾਂ ਗ੍ਰੈਨ ਕਰਦੇ ਹਨ ਇਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਡੈਂਡਰਾਈਟ ਇਹ ਹੈ ਜੀ ਸਾਡੇ ਕੋਲ ਨਿਊਕਲੀਅਸ ਕੇਂਦਰਕ ਔਰ ਇਹ ਆ ਗਿਆ ਸੈਲ ਬੋਡੀ ਓਹ ਆ ਗਿਆ ਐਕਸਨ ਨਾੜੀ ਦਾ ਅੰਤਿਮ ਸਿਰਾ ਉਸ ਤੋਂ ਬਾਅਦ ਦੂਸਰਾ ਇਸ ਦਾ ਮੁੱਖ ਅੰਗ ਹੈ ਜੀ ਐਕਸਨ ਇੱਕ ਡੈਂਡਰਾਈਟ ਵਿਕਸਿਤ ਹੋ ਜਾਂਦਾ ਹੈ ਅਤੇ ਇਸ ਦੇ ਸਿਰਿਆਂ ਤੋਂ ਧਾਗੇ ਵਰਗੀਆਂ ਰਚਨਾਵਾਂ ਨਿਕਲਦੀਆਂ ਹਨ ਜੋ ਸੂਚਨਾਵਾਂ ਨੂੰ ਅੱਗੇ ਭੇਜਦੇ ਹਨ ਉਸ ਤੋਂ ਬਾਅਦ ਮਾਈਲੀਨ ਸੀਤ ਐਕਸਨ ਦੇ ਆਲੇ ਦੁਆਲੇ ਪਾਈ ਜਾਣ ਵਾਲੀ ਪਰਤ ਜੋ ਸੂਚਨਾਵਾਂ ਨੂੰ ਬਾਹਰ ਜਾਣ ਤੋਂ ਬਾਹਰ ਜਾਣ ਤੇ ਰੋਕਦੀ ਹੈ ਉਸ ਵਦ ਸਨੇਪਸ ਇੱਕ ਨਿਊਰੋਨ ਅਤੇ ਐਕਸਨ ਦੇ ਸਿਰੇ ਵਿੱਚ ਦੂਜੇ ਨਿਊਰੋਨ ਦੇ ਡੈਂਡਰਾਈਟ ਦੇ ਸੰਪਰਕ ਦਾ ਖੇਤਰ ਜਿਸ ਸੂਚਨਾ ਇੱਕ ਨਿਊਰੋਨ ਤੋਂ ਦੂਸਰੇ ਨਿਊਰੋਨ ਵਿੱਚ ਆਂਦੀ ਹੈ ਉਸ ਤੋਂ ਬਾਅਦ ਹੈ ਜੀ ਪ੍ਰਤੀਵਰਤਿਤ ਕਿਰਿਆਵਾਂ ਆਮ ਤੌਰ ਤੇ ਸੰਵੇਦਨਾ ਪ੍ਰਤੀਕਿਰਿਆ ਦਿਮਾਗ ਦੁਆਰਾ ਹੁੰਦੀ ਹੈ ਪਰ ਖਤਰੇ ਵਾਲੀ ਸਥਿਤੀ ਤੇ ਸੰਵੇਦਨਾ ਪ੍ਰਤੀ ਫੈਸਲਾ ਸੁਖਮਨ ਨਾੜੀ ਦੁਆਰਾ ਲਿਆ ਜਾਂਦਾ ਹੈ ਇਹਨਾਂ ਨੂੰ ਪ੍ਰਤੀਵਰਤਿਤ ਕਿਰਿਆ ਕਿਰਿਆਵਾਂ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਗਰਮ ਵਸਤੂ ਨੂੰ ਛੂੰਦੇ ਹਾਂ ਤਾਂ ਸਾਡਾ ਹੱਥ ਇੱਕਦਮ ਪਿੱਛੇ ਹਟ ਜਾਂਦਾ ਹੈ ਇਹ ਪ੍ਰਤੀਵਰਤਿਤ ਕਿਰਿਆ ਦੀ ਉਦਾਹਰਣ ਹੈ ਨੈਕਸਟ ਹੈ ਪ੍ਰਤੀਵਰਤਿਤ ਚਾਪ ਪ੍ਰਤੀਵਰਤੀ ਕਿਰਿਆ ਹੋਣ ਸਮੇਂ ਸੂਚਨਾ ਜਿਸ ਰਸਤੇ ਜਾਂਦੀ ਹੈ ਉਸ ਨੂੰ ਪ੍ਰਤੀਵਰਤਿਤ ਚਾਪ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਜੀ ਮਨੁੱਖੀ ਦਿਮਾਗ ਮਨੁੱਖੀ ਦਿਮਾਗ ਹੱਡੀਆਂ ਦੇ ਬਨੇ ਢਾਂਚੇ ਵਿੱਚ ਹੁੰਦਾ ਹੈ ਦਿਮਾਗ ਦੀ ਸੁਰੱਖਿਆ ਲਈ ਪੂਰਾ ਢਾਂਚਾ ਇੱਕ ਦਰਬ ਨਾਲ ਭਰਿਆ ਹੁੰਦਾ ਹੈ ਜਿਸ ਨੂੰ ਸੈਰੀ ਬੋਸ ਪਾਇਲਸ ਦਰਵ ਕਿਹਾ ਜਾਂਦਾ ਹੈ ਮਨੁੱਖੀ ਨਾੜੀ ਪ੍ਰਣਾਲੀ ਦਾ ਕੇਂਦਰ ਬਿੰਦੂ ਦਿਮਾਗ ਹੈ ਸੰਵੇਦੀ ਅੰਗਾਂ ਦੁਆਰਾ ਗ੍ਰਹਿਣ ਕੀਤੀਆਂ ਸਾਰੀਆਂ ਸੂਚਨਾਵਾਂ ਦਿਮਾਗ ਵਿੱਚ ਹੀ ਆਉਂਦੀਆਂ ਹਨ। ਸਰੀਰ ਦੇ ਆਕਾਰ ਅਤੇ ਭਾਰ ਦੀ ਤੁਲਨਾ ਵਿੱਚ ਮਨੁੱਖੀ ਦਿਮਾਗ ਸਾਰੇ ਜੀਵਾਂ ਨਾਲੋਂ ਵੱਡਾ ਹੈ। ਮਨੁੱਖੀ ਦਿਮਾਗ ਦੇ ਮੁੱਖ ਤਿੰਨ ਭਾਗ ਹਨ। ਅਗਲਾ ਦਿਮਾਗ ਵਿਚਾਰਲਾ ਦਿਮਾਗ ਅਤੇ ਪਿਛਲਾ ਦਿਮਾਗ। ਜਿਵੇਂ ਸਕ੍ਰੀਨ ਤੇ ਦਿਖ ਰਿਹਾ ਸੀ। ਇਹ ਵਾਲਾ ਪੋਰਸ਼ਨ ਆ ਗਿਆ ਜੀ ਅਗਲਾ ਦਿਮਾਗ ਉਸ ਤੋਂ ਬਾਅਦ ਆ ਗਿਆ ਜੀ ਸੈਰੀਬਮ ਕਪਾਲ ਜਾਨੀ ਕਿ ਕੋਪੜੀ ਇਹ ਪੋਰਸ਼ਨ ਆ ਗਿਆ ਜੀ ਮੱਧ ਦਿਮਾਗ ਦਾ ਉਸ ਤੋਂ ਬਾਅਦ ਇਹ ਆ ਗਿਆ ਸਕਰੀਨ ਦੇ ਤੁਸੀਂ ਦੇਖ ਰਹੇ ਹੋ ਹਾਈਪੈਥੋਲੈਂਸ ਪਿਊਚਟਰੀ ਗ੍ਰੰਥੀ ਪਿਛਲਾ ਦਿਮਾਗ ਉਹ ਇਹ ਆ ਗਿਆ ਜੀ ਸੁਖਮਨਾ ਨਾੜੀ ਹੁਣ ਅਸੀਂ ਗੱਲ ਕਰਦੇ ਹਾਂ ਇਸ ਦੀ ਇਸ ਦਾ ਪਹਿਲਾ ਪੁਆਇੰਟ ਹੈ ਜੀ ਅਗਲਾ ਦਿਮਾਗ ਇਹ ਦੋ ਬਰਾਬਰ ਅਰਧ ਗੋਲਿਆਂ ਦਾ ਬਣਿਆ ਹੁੰਦਾ ਹੈ ਇਸ ਦੇ ਕੰਮ ਹਨ ਸਾਰੀਆਂ ਇਛਿਤ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ ਸੰਵੇਦੀ ਅੰਗਾਂ ਤੋਂ ਸੂਚਨਾਵਾਂ ਗ੍ਰਹਿਣ ਕਰਦਾ ਹੈ ਸੋਚਨ ਅਤੇ ਯਾਦ ਰੱਖਣ ਦੀ ਸਮਰੱਥਾ ਦਿਮਾਗ ਦੇ ਅਗਲੇ ਭਾਗ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਆ ਗਿਆ ਜੀ ਵਿਚਾਰਲਾ ਦਿਮਾਗ ਇਹ ਛੋਟੀ ਨਲੀ ਨੁਮਾ ਹਿੱਸਾ ਹੈ ਜੋ ਦਿਮਾਗ ਦੇ ਵਿੱਚ ਕਾਰ ਸਥਿਤ ਹੁੰਦਾ ਹੈ ਇਹ ਮੁੱਖ ਤੌਰ ਤੇ ਅੱਖਾਂ ਕੰਨਾਂ ਨੀਂਦ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਦੇ ਕੰਮਾਂ ਨਾਲ ਜੁੜਿਆ ਰਹਿੰਦਾ ਹੈ ਉਸ ਤੋਂ ਬਾਅਦ ਪਿਛਲਾ ਦਿਮਾਗ ਇਸ ਦੇ ਤਿੰਨ ਮੁੱਖ ਭਾਗ ਸੈਰੀਬਲਮ ਪੌਂਸ ਅਤੇ ਮੈਡੂਲਾ ਹੁੰਦੇ ਹਨ ਇਸ ਦੇ ਮੁੱਖ ਕੰਮ ਹਨ ਸੈਰੀਬਲਮ ਪੈਸ਼ੀਆ ਨੂੰ ਅਤੇ ਸਰੀਰ ਦੇ ਸੰਤੁਲਨ ਨੂੰ ਕੰਟਰੋਲ ਕਰਦਾ ਹੈ ਪੌਂਸ ਸੈਰੀਬਰਮ ਦੇ ਦੋਨਾਂ ਅਰਧ ਗੋਲੀਆਂ ਨੂੰ ਜੋੜਦਾ ਹੈ ਮੈਡੂਲਾ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਕਿਰਿਆ ਨੂੰ ਕੰਟਰੋਲ ਕਰਦਾ ਹੈ ਨੈਕਸਟ ਉਸ ਤੋਂ ਬਾਅਦ ਆ ਗਿਆ ਜੀ ਪੌਦਿਆਂ ਵਿੱਚ ਕਾਬੂ ਅਤੇ ਤਾਲ ਮੇਲ ਹਾਰਮੋਨ ਪੌਦਾ ਹਾਰਮੋਨ ਪੌਦਿਆਂ ਵਿੱਚ ਨਾੜੀ ਪ੍ਰਣਾਲੀ ਦਾ ਨਾ ਹੋਣ ਕਰਕੇ ਕਾਬੂ ਅਤੇ ਤਾਲਮੇਲ ਦਾ ਕੰਮ ਹਾਰਮੋਨਾਂ ਦੁਆਰਾ ਕੀਤਾ ਜਾਂਦਾ ਹੈ ਹਾਰਮੋਨ ਪ੍ਰੋਟੀਨ ਦੇ ਬਣੇ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਵੱਖ-ਵੱਖ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ ਪੌਦਿਆਂ ਵਿੱਚ ਪੰਜ ਮੁੱਖ ਹਾਰਮਨ ਹੁੰਦੇ ਹਨ ਸਭ ਤੋਂ ਪਹਿਲਾਂ ਜੀ ਆਕਸਿਨ ਇਹ ਤਨੇ ਜੜ ਅਤੇ ਫਲਾਂ ਦੇ ਬਾਧੇ ਨੂੰ ਸੈੱਲਾਂ ਨੂੰ ਲੰਬਾ ਕਰਕੇ ਰੱਖ ਕਰਦਾ ਹੈ ਇਹ ਪੱਤਿਆਂ ਨੂੰ ਝੜਨ ਤੋਂ ਰੋਕਦਾ ਹੈ ਇਹ ਗੁਲਾਬ ਅਤੇ ਬੋਗਨ ਬਿਲੀਆਂ ਵਰਗੇ ਪੌਦਿਆਂ ਦੇ ਟੁਕੜਿਆਂ ਯਾਨੀ ਕਿ ਕਲਮਾਂ ਦੇ ਵਿੱਚ ਜੜਾਂ ਵਿਕਸਿਤ ਕਰਨ ਵਿੱਚ ਸਹਾਇਤਾ ਕਰਦਾ ਹੈ ਸੈਕੰਡ ਪੁਆਇੰਟ ਹੈ ਜਿਬਰੇਲਿਨ ਇਹ ਬੀਜ ਪੂੰਗਰਨ ਦੀ ਕਿਰਿਆ ਨੂੰ ਕਿਰਿਆ ਦੀ ਸ਼ੁਰੂਆਤ ਕਰਦਾ ਹੈ ਇਹ ਪੌਦਿਆਂ ਨੂੰ ਲੰਬਾਈ ਵਿੱਚ ਵਧਣ ਦੇ ਲਈ ਸਹਾਇਤਾ ਕਰਦਾ ਹੈ ਨੈਕਸਟ ਹੈ ਸਾਈਟੋਕਾਈਨ ਇਹ ਸੈੱਲਾਂ ਦੀ ਗਿਣਤੀ ਵਧਾ ਕੇ ਪੌਦਿਆਂ ਵਿੱਚ ਵਾਧਾ ਕਰਦਾ ਹੈ ਇਹ ਕਲੋਰੋਫਿਲ ਦੀ ਮਾਤਰਾ ਨੂੰ ਵਧਾਉਂਦਾ ਹੈ ਉਸ ਤੋਂ ਬਾਅਦ ਹੈ ਐਪਸੀਸਿਕ ਐਸਿਡ ਇਹ ਪੱਤਿਆਂ ਫਲਾਂ ਫੁੱਲਾਂ ਅਤੇ ਫਲਾਂ ਦੇ ਕਿਰਨ ਦੀ ਕਿਰਿਆ ਨੂੰ ਵਧਾਉਂਦਾ ਹੈ ਇਹ ਪੌਦੇ ਦੇ ਵਾਧੇ ਨੂੰ ਰੋਕਦਾ ਹੈ ਇਸ ਟొਮੇਟਾ ਨੂੰ ਬੰਦ ਕਰਦਾ ਹੈ ਉਸ ਤੋਂ ਬਾਅਦ ਹੈ ਜੀ ਇਥਲੀਨ ਇਹ ਫਲਾਂ ਨੂੰ ਪਕਾਉਂਦਾ ਹੈ ਪੱਤਿਆਂ ਦੇ ਝਿਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਉਸ ਤੋਂ ਬਾਅਦ ਹੈ ਪੌਦਿਆਂ ਵਿੱਚ ਗਤੀਆਂ ਪੌਦਿਆਂ ਵਿੱਚ ਦੋ ਪ੍ਰਕਾਰ ਦੀਆਂ ਗਤੀਆਂ ਪਾਈ ਜਾਂਦੀਆਂ ਹਨ ਸਭ ਤੋਂ ਪਹਿਲਾਂ ਹੈ ਜੀ ਨੌਸਟਿਕ ਗਤੀਆਂ ਇਕ ਗਤੀਆਂ ਸੈੱਲਾਂ ਦੇ ਆਕਾਰ ਬਦਲਣ ਕਾਰਨ ਹੁੰਦੀਆਂ ਹਨ ਜਿਵੇਂ ਕਿ ਸ਼ੂਈ ਮੂਈ ਦੇ ਪੌਦੇ ਦੇ ਪੱਤਿਆਂ ਦੀ ਗਤੀ ਉਸ ਤੋਂ ਬਾਅਦ ਅਨੁਵਰਤਨੀ ਗਤੀਆਂ ਇਹ ਗਤੀਆਂ ਸੈੱਲਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਰਕੇ ਹੁੰਦੀਆਂ ਹਨ ਅਨੁਵਰਤਨੀ ਗਤੀਆਂ ਵਾਤਾਵਰਣ ਤੇ ਨਿਰਭਰ ਕਰਦੀਆਂ ਹਨ ਵਾਤਾਵਰਣੀ ਸੰਵੇਦਨਾ ਅਨੁਸਾਰ ਇਹ ਗਤੀਆਂ ਮੁੱਖ ਤੌਰ ਤੇ ਚਾਰ ਪ੍ਰਕਾਰ ਦੀ ਹੁੰਦੀ ਹੈ प्रकाशिक अनुवर्तन भू अनुवर्तन जली अनुवर्तन तिर सैनिक अनुवर्तन ਉਸ ਤੋਂ ਬਾਅਦ ਆ ਗਿਆ ਜੀ ਜੰਤੂ ਹਾਰਮੋਨ ਜੰਤੂ ਹਾਰਮੋਨ ਚ ਆ ਗਿਆ ਹਾਰਮੋਨਾਂ ਨੂੰ ਬਣਾਉਣ ਵਾਲੇ ਅੰਗਾਂ ਨੂੰ ਗ੍ਰੰਥੀਆਂ ਕਿਹਾ ਜਾਂਦਾ ਹੈ ਹਾਰਮੋਨ ਗ੍ਰੰਥੀਆਂ ਵਿੱਚ ਬਨਣ ਤੋਂ ਬਾਅਦ ਟਾਰਗੇਟ ਅੰਗਾਂ ਤੱਕ ਖੂਨ ਦੁਆਰਾ ਜਾਂਦੇ ਹਨ ਮਨੁੱਖੀ ਹਾਰਮੋਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਹੈ ਅਗਰ ਅਸੀਂ ਇਸ ਸਾਰਣੀ ਦੇ ਵਿੱਚ ਦੇਖੀਏ ਸਭ ਤੋਂ ਪਹਿਲਾਂ ਜਾਂਦਾ ਜੀ ਹਾਰਮੋਨ ਔਰ ਹਾਰਮੋਨ ਉਸ ਤੋਂ ਬਾਅਦ ਆਉਂਦੀ ਗ੍ਰੰਥੀ ਉਸ ਤੋਂ ਬਾਅਦ ਹੁੰਦਾ ਸਰੀਰ ਦੇ ਵਿੱਚ ਗ੍ਰੰਥੀ ਕਿੱਥੇ ਸਥਿਤ ਹੈ ਤੇ ਹਾਰਮੋਨ ਦੇ ਕੰਮ ਕੀ ਹੈ ਸਭ ਤੋਂ ਪਹਿਲਾਂ ਅਗਰਸੀ ਹਾਰਮੋਨ ਦੀ ਗੱਲ ਕਰਦੇ ਆਂ ਤੇ ਜਿਸ ਦਾ ਨਾਮ ਹੈ ਥਾਇਰੋਕਸਿਨ ਜਿਸ ਦੀ ਗ੍ਰੰਥੀ ਹੈ ਥਾਇਰੋਇਡ ਇਹ ਸਰੀਰ ਵਿੱਚ ਗ੍ਰੰਥੀ ਦੀ ਸਥਿਤੀ ਹੈ ਗਲੇ ਦੇ ਵਿੱਚ ਹੁੰਦੀ ਹੈ ਔਰ ਇਸ ਦੇ ਕੰਮ ਹੈ ਕਾਰਬੋਹਾਈਡਰੇਟਸ ਚਰਬੀ ਅਤੇ ਪ੍ਰੋਟੀਨ ਦੀ ਵਰਤੋਂ ਕਰਕੇ ਸਰੀਰ ਦਾ ਵਾਧਾ ਕਰਨਾ ਉਸ ਤੋਂ ਬਾਅਦ ਹੈ ਜੀ ਵਾਦੇ ਵਾਲੇ ਹਾਰਮੋਨ ਜਿਸ ਦੀ ਗ੍ਰੰਥੀ ਦਾ ਨਾਮ ਹੈ ਪਿਚਟਰੀ ਗ੍ਰੰਥੀ ਜਾਂ ਮਾਸਟਰ ਗ੍ਰੰਥੀ ਕਹਿੰਦੇ ਆ ਇਹ ਸਰੀਰ ਵਿੱਚ ਦਿਮਾਗ ਦੇ ਵਿੱਚ ਹੁੰਦੀ ਹੈ ਅਸੀਂ ਪਿੱਛੇ ਡਾਇਗਰਾਮ ਦੇ ਵਿੱਚ ਦਿਖ ਚੁੱਕੇ ਹਾਂ ਇਸ ਦੇ ਕੰਮ ਹੈ ਵਾਦੇ ਅਤੇ ਵਿਕਾਸ ਦੇ ਲਈ ਹਾਰਮੋਨ ਉਸ ਤੋਂ ਬਾਅਦ ਅਗਲਾ ਹਾਰਮੋਨ ਦੀ ਐਡਰੀਨਲ ਔਰ ਗ੍ਰੰਥੀ ਹੈ ਐਡਰੀਨਲ ਔਰ ਇੱਕ ਗੁਰਦਿਆਂ ਦੇ ਉੱਪਰ ਲਹੂ ਇਸ ਦਾ ਕੰਮ ਹੈ ਲਹੂ ਦਾ ਦਬਾਬ ਦਿਲ ਦੀ ਧੜਕਣ ਅਤੇ ਸੰਕਾਲੀਨ ਸਥਿਤੀਆਂ ਵਿੱਚ ਊਰਜਾ ਦੀ ਮਾਤਰਾ ਨੂੰ ਨਿਯੰਤਰਣ ਕਰਨਾ ਉਸ ਤੋਂ ਬਾਅਦ ਹੈ ਜੀ ਹਾਰਮੋਨ ਇنسੁਲਿਨ ਉਸ ਦੀ ਗ੍ਰੰਥੀ ਹੈ ਜੀ ਪੈਨਕ੍ਰੀਆਜ਼ ਇਸ ਦਾ ਥਾਨ ਹੈ ਮਿਹਦੇ ਦੇ ਥੱਲੇ ਔਰ ਇਸ ਦਾ ਕੰਮ ਕੀ ਹੈ ਖੂਨ ਵਿੱਚ ਖੰਡ ਦੀ ਮਾਤਰਾ ਨੂੰ ਘਟਾਉਣਾ ਉਸ ਤੋਂ ਬਾਅਦ ਪੰਜਵਾਂ ਪੁਆਇੰਟ ਹੈ ਟੈਸਟੋਸਟੇਰੋਨ ਨਰ ਹਾਰਮੋਨ ਇਹ ਪਤਾਲੂ ਔਰ ਇਸ ਦੀ ਪੋਜੀਸ਼ਨ ਕਿੱਥੇ ਹੈ ਪੇਟ ਦੇ ਨੀਚਲੇ ਭਾਗਾਂ ਵਿੱਚ ਇਹ ਨਰ ਵਿੱਚ ਪਿਊਵਰਟੀ ਸੰਬੰਧੀ ਬਦਲਾਅ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਹੈ ਐਸਟ੍ਰੋਜਨ ਮਾਦਾ ਹਾਰਮਨ ਹੈ ਔਰ ਇਹ ਹੈ ਜੀ ਓਬਰੀ ਬੱਚੇਦਾਨੀ ਚ ਔਰ ਇਸ ਦਾ ਪੇਟ ਦੇ ਨਿਚਲੇ ਭਾਗਾਂ ਵਿੱਚ ਹੈ ਔਰ ਇਸ ਦਾ ਕੰਮ ਹੈ ਮਾਦਾ ਵਿੱਚ ਪਿਊਵਰਟੀ ਸੰਬੰਧੀ ਬਦਲਾ ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕੋ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ